ਸਤਿ ਸ਼੍ਰੀ ਅਕਾਲ ਜੀ ਸਾਨੂੰ ਕੀ ਹਾਲ ਚਾਲ ਦਿਸ ਇਜ਼ ਯੋਰ ਗਰਲ ਮੁਸਕਾਨ ਸੋ ਗਾਈਜ਼ ਇਹ ਹੈਗੀ ਆ ਮੋਸਟ ਡਿਮਾਂਡਿਡ ਵੀਡੀਓ ਬਟ ਸੋਰੀ ਇਹ ਹੈਗੀ ਆ ਸਿਰਫ ਗਰਲਸ ਲਈ ਕਿਉਂਕਿ ਗਰਲਸ ਮੈਨੂੰ ਬਹੁਤ ਕਹਿ ਰਹੀਆਂ ਸੀ ਮੇਕਅਪ ਟਿਊਟੋਰੀਅਲ ਦਿਖਾਓ ਗੈਟ ਰੈਡੀ ਵਿਦ ਮੀ ਬਣਾਓ ਸੋ ਅੱਜ ਮੈਂ ਬਣਾ ਰਹੀ ਹਾਂ ਗੈਟ ਰੈਡੀ ਵਿਦ ਮੀ ਐਂਡ ਤੁਸੀਂ ਦੇਖ ਲਿਓ ਮੈਨੇ ਕੀ ਪ੍ਰੋਡਕਟਸ ਯੂਜ਼ ਕੀਤੇ ਨੇ ਮੈਂ ਸਾਰੇ ਤੁਹਾਨੂੰ ਦੱਸ ਦੂੰਗੀ ਐਂਡ ਮੈਂ ਜਸਟ ਹਜੇ ਫੇਸ ਵਾਸ਼ ਕੀਤਾ ਕੁਛ ਵੀ ਅਪਲਾਈ ਨਹੀਂ ਕੀਤਾ ਸਭ ਕੁਛ ਤੁਹਾਡੇ ਸਾਹਮਣੇ ਅਪਲਾਈ ਕਰੂੰਗੀ ਐਂਡ ਮੈਨੇ ਕੁਛ ਕੁਐਸਚਨਸ ਵੀ ਪੁੱਛੇ ਸੀਗੇ ਇੰਸਟਾਗ੍ਰਾਮ 'ਤੇ ਐਂਡ ਜੋ ਜੋ ਮੈਨੂੰ ਲੱਗੇ ਵੀ ਹਾਂ ਠੀਕ ਆ ਵੀ ਇਹਨਾਂ ਦਾ ਜਵਾਬ ਦੇ ਸਕਦੇ ਹਾਂ ਸੋ ਮੈਨੇ ਉਹ ਚੂਜ਼ ਕੀਤੇ ਨੇ ਐਂਡ ਮੈਂ ਤੁਹਾਨੂੰ ਕੁਐਸਚਨਸ ਦੇ ਰਿਪਲਾਈ ਵੀ ਕਰੂੰਗੀ ਐਂਡ ਤੁਹਾਨੂੰ ਮੇਕਅਪ ਟਿਊਟੋਰੀਅਲ ਵੀ ਕਰਕੇ ਦਿਖਾਊਂਗੀ ਸੋ ਇਹ ਹੈਗੀ ਆ ਮੇਰੀ ਮੇਕਅਪ ਕਿੱਟ ਕਿਊਟ ਨਾ ਸਭ ਤੋਂ ਪਹਿਲਾਂ ਮੈਂ ਯੂਜ਼ ਕਰੂੰਗੀ ਮਿਨੀਮਲਿਸਟ ਦਾ ਮੋਇਸਚਰਾਈਜ਼ਰ ਇਹ ਮੈਨੇ ਹੁਣੀ ਰੀਸੈਂਟਲੀ ਆਰਡਰ ਕੀਤਾ ਐਂਡ ਆਈ ਥਿੰਕ ਇਹ ਹੈਗਾ ਗਾ ਲਾਈਟ ਵੇਟ ਐਂਡ ਆਇਲ ਫਰੀ ਫੋਰ ਓਇਲੀ ਐਂਡ ਕੰਬੀਨੇਸ਼ਨ ਸਕਿੰਨ ਇਹ ਦੋਨੋਂ ਸਕਿਨਸ ਲਈ ਯੂਜ਼ ਕਰ ਸਕਦੇ ਹੋ ਜਿਨ੍ਹਾਂ ਦੀ ਡਰਾਈ ਆ ਜਿਨ੍ਹਾਂ ਦੀ ਓਇਲੀ ਆ ਉਹ ਦੋਨੋਂ ਯੂਜ਼ ਕਰ ਸਕਦੇ ਹੋ ਐਂਡ ਮੈਂ ਵੀ ਯੂਜ਼ ਕਰ ਰਹੀ ਹਾਂ ਮੈਨੂੰ ਤਾਂ ਦੇਖੋ ਠੀਕ ਲੱਗਿਆ ਬਟ ਮੇਰੇ ਫੇਸ 'ਤੇ ਪਿੰਪਲਸ ਵੀ ਨੇ ਉਹ ਆਲਰੇਡੀ ਪਹਿਲਾਂ ਵੀ ਸੀਗੇ ਐਵੇਂ ਨਹੀਂ ਹੈਗਾ ਵੀ ਉਹ ਇਹ ਪ੍ਰੋਡਕਟਸ ਨਾਲ ਹੋਏ ਨੇ ਬਾਕੀ ਜੀ ਸੋ ਮੈਨੇ ਆਪਣਾ ਫੇਸ ਮੋਇਸਚਰਾਈਜ਼ ਕਰ ਲਿਆ ਐਂਡ ਹੁਣ ਆਪਾਂ ਇਹਨੂੰ 2-3 ਮਿੰਟ ਸੈਟਲ ਹੋਣ ਦੇਵਾਂਗੇ ਐਂਡ ਇਸ ਤੋਂ ਬਾਅਦ ਮੈਂ ਲਗਾਉਂਦੀ ਹੁੰਦੀ ਹਾਂ ਸਨਸਕ੍ਰੀਨ ਬਟ ਹੁਣ ਆਪਾਂ ਬਾਹਰ ਜਾਣਾ ਨਹੀਂ ਗਾ ਕਿਉਂਕਿ ਮੈਂ ਇਹ ਵੀਡੀਓ ਰਾਤ ਨੂੰ ਸ਼ੂਟ ਕਰੀ ਹਾਂ 12 ਵਜੇ ਇਹ ਮੇਰੇ ਬ੍ਰਦਰ ਦਾ ਫੋਨ ਹੈ ਹਾਂ ਤਾਂ ਮੈਂ ਇਹ 12 ਵਜੇ ਸ਼ੂਟ ਕਰ ਰਹੀ ਹਾਂ ਮੈਂ ਬਾਹਰ ਜਾਣਾ ਨਹੀਂ ਗਾ ਸੋ ਮੈਂ ਸਨਸਕ੍ਰੀਨ ਸਕਿਪ ਕਰ ਰਹੀ ਹਾਂ ਮੈਂ ਸਿੱਧਾ ਮੋਇਸਚਰਾਈਜ਼ਰ ਤੋਂ ਬਾਅਦ ਮੇਕਅਪ ਸਟਾਰਟ ਕਰੂੰਗੀ ਸੋ ਇਸ ਤੋਂ ਬਾਅਦ ਮੈਂ ਯੂਜ਼ ਕਰਦੀ ਹਾਂ ਸੀਸੀ ਕਰੀਮ ਯੂਜ਼ ਕਰਦੀ ਹਾਂ ਮੈਂ ਫਾਊਂਡੇਸ਼ਨ ਵਗੈਰਾ ਮੈਂ ਯੂਜ਼ ਕਰਦੀ ਨਹੀਂ ਹੈਗੀ ਐਂਡ ਫਿਰ ਮੈਂ ਉਸਦੀ ਜਗ੍ਹਾ ਸੀਸੀ ਕਰੀਮ ਯੂਜ਼ ਕਰਦੀ ਹਾਂ ਕਰੀਮ ਸੋਰੀ ਮੇਰੇ ਕੋਲ ਮਿਰਰ ਵੀ ਨਹੀਂ ਹੈਗਾ ਮਤਲਬ ਹੈਗਾ ਮੈਂ ਚੱਕਿਆ ਨਹੀਂ ਹੈਗਾ ਵੀਡੀਓ ਦੇ ਚੱਕਰ 'ਚ ਸੋ ਮੈਂ ਇੱਦਾਂ ਹੀ ਕਰ ਰਹੀ ਹਾਂ ਐਂਡ ਇਹਦੇ ਨਾਲ ਨਾਲ ਬਲੈਂਡ ਕਰਨ ਦੇ ਨਾਲ ਨਾਲ ਮੈਂ ਕੁਛ ਕੁਐਸਚਨਸ ਦੇ ਰਿਪਲਾਈ ਵੀ ਕਰੂੰਗੀ ਮੈਨੂੰ ਕਿਸੇ ਨੇ ਪੁੱਛਿਆ ਯੋਰ ਚਾਈਲਡਹੁੱਡ ਫਰੈਂਡ ਦੇਖੋ ਚਾਈਲਡਹੁੱਡ ਫਰੈਂਡਸ ਨਾਲ ਤਾਂ ਰਹਿੰਦੇ ਨਹੀਂ ਜੋ ਬਚਪਨ ਵਾਲੇ ਦੋਸਤ ਨੇ ਉਹ ਨਾਲ ਨਹੀਂ ਰਹਿੰਦੇ ਹੈਗੇ ਸਕੂਲ ਟਾਈਮ ਦੇ ਸਕੂਲ 'ਚ ਹੀ ਰਹਿ ਜਾਂਦੇ ਨੇ ਕਾਲਜ ਟਾਈਮ 'ਚ ਕਾਲਜ 'ਚ ਹੀ ਰਹਿ ਜਾਂਦੇ ਨੇ ਬਹੁਤ ਰੇਅਰ ਹੁੰਦਾ ਵੀ ਦੋਸਤੀ ਲੰਬੀ ਜਾਵੇ ਸੋ ਮੇਰੀ ਲਾਈਫ 'ਚ ਬਹੁਤ ਘੱਟ ਦੋਸਤ ਨੇ ਬਹੁਤ ਹੀ ਜ਼ਿਆਦਾ ਘੱਟ ਅਤੇ ਮੇਰਾ ਸਿਰਫ ਇੱਕੋ ਹੀ ਦੋਸਤ ਆ ਐਂਡ ਆਲਮੋਸਟ ਮੇਰੇ ਖਿਆਲ ਨਾਲ ਸਭ ਜਾਣਦੇ ਨੇ ਉਹਨੂੰ ਮੇਰਾ ਇੱਕੋ ਹੀ ਦੋਸਤ ਆ ਉਹ ਵੀ ਮੇਰਾ ਦੋਸਤ ਬਣਿਆ ਸੀਗਾ ਜਦੋਂ ਮੈਂ ਸੀਗੀ ਪਲੱਸ 1 'ਚ ਅਸੀਂ ਦੋਨੋਂ ਟਿਊਸ਼ਨ ਪੜ੍ਹਦੇ ਹੁੰਦੇ ਸੀਗੇ ਸੋ ਉਦੋਂ ਸਾਡੀ ਦੋਸਤੀ ਹੋਈ ਸੀ ਸੋ ਸਾਡੀ ਦੋਸਤੀ ਨੂੰ ਹੋ ਗਏ 4-5 ਸਾਲ ਹੋ ਗਏ ਸੋ ਚਾਈਲਡਹੁੱਡ ਫਰੈਂਡ ਤਾਂ ਨਹੀਂ ਕਹਿ ਸਕਦੇ ਬਟ ਹਾਂ ਠੀਕ ਹੈ ਕਾਫੀ ਲੰਬੇ ਟਾਈਮ ਲਈ ਜਿਹੜਾ ਮੇਰਾ ਫਰੈਂਡ ਰਿਹਾ ਗਾ ਇਹ ਪਹਿਲਾ ਹੀ ਫਰੈਂਡ ਆ ਜਿਹੜਾ ਮੇਰਾ ਕਾਫੀ ਲੰਬੇ ਟਾਈਮ ਤੱਕ ਫਰੈਂਡ ਰਿਹਾ ਵਰਨਾ ਮੇਰੇ ਕੋਈ ਫਰੈਂਡ ਨਹੀਂ ਰਹਿੰਦੇ ਹੈਗੇ ਮੈਂ ਫਰੈਂਡਸ਼ਿਪ ਮਟੀਰੀਅਲ ਨਹੀਂ ਹੈਗੀ ਮੇ ਬੀ ਸੋ ਹਾਂ ਮੇਰਾ ਕੋਈ ਫਰੈਂਡ ਨਹੀਂ ਹੈਗਾ ਬਟ ਇਹ ਹੀ ਆ ਗਾਬਾ ਰਜਤ ਗਾਬਾ ਤੁਸੀਂ ਆਲਮੋਸਟ ਸਭ ਜਾਣਦੇ ਹੋ ਮੇਰੀ ਸਨੈਪਚੈਟ ਸਟੋਰੀਜ਼ ਮੇਰੀ ਇੰਸਟਾ ਸਟੋਰੀਜ਼ ਰੀਲਸ 'ਚ ਵੀ ਕਈ ਵਾਰ ਦੇਖਿਆ ਹੋਣਾ ਸੋ ਉਹੀ ਮੇਰਾ ਚਾਈਲਡਹੁੱਡ ਫਰੈਂਡ ਕਹਿ ਸਕਦੇ ਹੋ ਪਲੱਸ 1 'ਚ ਵੀ ਮੈਂ ਬੱਚੀ ਸੀ ਹੁਣ ਵੀ ਬੱਚੀ ਹਾਂ ਕੋਈ ਫਰਕ ਨਹੀਂ ਹੈਗਾ ਮੇਰੇ 'ਚ ਚਾਈਲਡਹੁੱਡ ਹੀ ਲਾ ਲਓ ਐਂਡ ਇਹਨੂੰ ਬਲੈਂਡ ਕਰਨਾ ਜੇ ਮੈਂ ਮੇਕਅਪ ਕਰਦੇ ਹੋਏ ਬੇਕਾਰ ਸ਼ਕਲਾਂ ਬਣਾਵਾਂ ਨਾ ਹੀ ਕੋਈ ਨਾ ਦੇਖ ਲਿਓ ਐਂ ਕੀ ਕਰਦੇ ਹੋ ਤੁਸੀਂ ਮੈਨੂੰ ਪਿਆਰ ਵੀ ਤਾਂ ਕਰਦੇ ਹੋ ਮੈਨੂੰ ਕਿਉਂ ਲੱਗ ਰਿਹਾ ਇਹ ਵੀਡੀਓ ਸਿਰਫ ਕੁੜੀਆਂ ਲਈ ਐਂਡ ਮੁੰਡੇ ਸਕਿਪ ਕਰਨਗੇ ਸਕਿਪ ਨਹੀਂ ਕਰਨੀ ਮੁੰਡਿਓ ਜ਼ਰੂਰ ਦੇਖਿਓ ਪਲੀਜ਼ ਪਲੀਜ਼ ਬਲਾਇੰਡ ਹੋ ਚੁੱਕਿਆ ਬਿਨਾਂ ਮਿਰਰ ਤੋਂ ਬਿਨਾਂ ਚਸ਼ਮੇ ਤੋਂ ਮੈਂ ਕਰ ਰਹੀ ਹਾਂ ਮੇਕਅਪ ਸਾਰਾ ਬੈਟਰੀ ਵੀ ਲੱਗੀ ਹੋਈ ਆ ਨਾ ਇੱਕ ਤਾਂ ਕੁਛ ਪਤਾ ਨਹੀਂ ਲੱਗ ਰਿਹਾ ਹੈਗਾ ਤੁੱਕੇ ਨਾਲ ਕਰ ਰਹੀ ਹਾਂ ਮੈਂ ਸਭ ਕੁਛ
ਕੀ ਫਰਕ ਪੈਂਦਾ ਮੈਨੂੰ ਕਿੰਨੇ ਦੇਖਣਾ। ਹਾਂ ਸੋ ਇਸ ਤੋਂ ਬਾਅਦ ਮੈਂ ਫੇਸਿਸ ਕੈਨੇਡਾ ਦਾ ਮੇਕਅਪ ਫਿਕਸਰ ਯੂਜ਼ ਕਰਦੀ ਹਾਂ। ਆਈ ਨੋ ਇਹਨੂੰ ਮੇਕਅਪ ਤੋਂ ਬਾਅਦ ਯੂਜ਼ ਕਰਦੇ ਨੇ, ਬਟ ਮੈਂ ਪਹਿਲਾਂ ਯੂਜ਼ ਕਰ ਲੈਂਦੀ ਹਾਂ ਕਿਉਂਕਿ ਇਹ ਜਿਹੜਾ ਮਤਲਬ ਸੀਸੀ ਕਰੀਮ ਹੈ ਇਹ ਸੈਟਲ ਨਹੀਂ ਹੁੰਦੀ ਹੈਗੀ, ਇਹ ਮਤਲਬ ਪਸੀਨੇ ਵਗੈਰਾ ਨਾਲ ਨਾ ਚਿਪਚਿਪ ਹੋ ਜਾਂਦੀ ਹੈ। ਸੋ ਮੈਂ ਚਾਹੁੰਦੀ ਹਾਂ, ਮੈਨੂੰ ਨਹੀਂ ਪਸੰਦ ਹੈਗੀ, ਸੋ ਮੈਂ ਇਹ ਫਿਕਸਰ ਯੂਜ਼ ਕਰ ਲੈਂਦੀ ਹਾਂ, ਫਿਕਸਰ ਨਾਲ ਠੀਕ ਹੋ ਜਾਂਦੀ ਆ। ਫਿਰ ਮੈਂ ਦੁਬਾਰਾ ਫਿਰ ਫਿਕਸਰ ਯੂਜ਼ ਕਰਦੀ ਹਾਂ। ਮੈਂ ਨਾ ਕਿਉਂ ਬੋਲ ਰਹੀ ਹਾਂ, ਤੁਸੀਂ ਦੇਖ ਹੀ ਰਹੇ ਹੋ ਨਾ, ਦੇਖੀ ਚਲੋ ਐਂਡ ਤੱਕ ਦੇਖਿਓ। ਕਿੱਧਰ ਜਾ ਰਿਹਾ, ਕਿੱਧਰ ਗਿਆ, ਮੇਰੀ ਇੱਕ ਸਪਰੇ ਵੇਸਟ ਹੋ ਗਈ। ਮੇਰੇ ਕੋਲ ਨਾ ਪੱਖਾ ਨਹੀਂ ਹੈਗਾ ਉਹ ਅਮੀਰੋਂ ਵਾਲਾ, ਸੋ ਹੀ ਮੈਂ ਅੱਖਾਂ ਖੋਲਦੀ ਹਾਂ। ਹਾਏ ਜੇ ਮੇਰੀ ਰੋਸ਼ਨੀ ਚੱਲ ਗਈ, ਮੇਰੀ ਅੱਖ 'ਚ ਵੱਗ ਗਈ, ਇਹ ਮੇਰੀ ਰੋਸ਼ਨੀ ਆਲਰੇਡੀ ਗਈ ਹੋਈ ਆ। ਆਲਰੇਡੀ ਮੈਂ ਚਸ਼ਮਿਸ਼ਾਂ, ਬਟ ਅੱਜ ਕੱਲ੍ਹ ਦੇ ਮੁੰਡਿਆਂ ਨੂੰ ਚਸ਼ਮਿਸ਼ ਕੁੜੀਆਂ ਪਸੰਦ ਨੇ। ਮੈਂ ਯੂਜ਼ ਕਰ ਰਹੀ ਹਾਂ ਕੇ ਬਿਊਟੀ ਦਾ ਬਲੱਸ਼ਰ, ਦੇਖੋ ਐਡਾ ਛੋਟਾ ਬਲੱਸ਼ਰ, ਬਹੁਤ ਮਹਿੰਗਾ ਇਹ, ਬਹੁਤ ਮਹਿੰਗਾ। ਮੇਰੇ ਬਹੁਤ ਦਰਦ ਹੋਇਆ ਸੀਗਾ ਜਦੋਂ ਮੈਨੂੰ ਪਤਾ ਲੱਗਿਆ ਵੀ ਮੈਂ ਠੀਕ ਆ, ਮੈਨੇ ਮੰਗਾ ਲਿਆ, ਠੀਕ ਆ, ਮੈਨੂੰ ਸੀਗਾ ਵੀ ਹਾਂ ਵਧੀਆ ਕੁਆਂਟਿਟੀ 'ਚ ਆਊਗਾ, ਕੁਆਂਟਿਟੀ ਵਧੀਆ ਹੋ ਗਈ, ਬਟ ਜਦੋਂ ਇਹਨੂੰ ਮੈਂ ਦੇਖਿਆ ਇੰਨਾ ਛੋਟੂ, ਇੰਨੇ ਪੈਸੇ ਲਾਉਣ ਦੇ ਬਾਅਦ ਮੇਰਾ ਦਿਲ ਕੀ ਟੁੱਟਿਆ ਨਾ, ਸੱਚੀ ਕਹਿ ਰਹੀ ਹਾਂ, ਬਹੁਤ ਦਰਦ ਹੋਇਆ ਮੈਨੂੰ, ਬਹੁਤ ਦਰਦ ਹੋਇਆ। ਵੈਸੇ ਨਾ ਇਹਨੂੰ ਮੈਂ ਬਲੈਂਡਰ ਨਾਲ ਨਾ ਯੂਜ਼ ਨਹੀਂ ਕਰਦੀ ਹੈਗੀ, ਮੈਨੂੰ ਐਂ ਹੁੰਦਾ ਮੇਰਾ ਪ੍ਰੋਡਕਟ ਸਾਰਾ ਬਲੈਂਡਰ 'ਤੇ ਚੱਲ ਜੂਗਾ, ਇੰਨਾ ਮਹਿੰਗਾ ਪ੍ਰੋਡਕਟ, ਬਟ ਹੁਣ ਮੈਂ ਕਰ ਰਹੀ ਹਾਂ, ਪਤਾ ਨਹੀਂ ਕਿਉਂ ਹੀ ਕਰ ਰਹੀ ਹਾਂ, ਬਟ ਕਰ ਰਹੀ ਹਾਂ, ਕੁਛ ਤਾਂ ਕਰ ਹੀ ਰਹੀ ਹਾਂ। ਇਹ ਮੇਰਾ ਡੇਲੀ ਮੇਕਅਪ ਆ ਜੋ ਮੈਂ ਡੇਲੀ ਕਰਦੀ ਹਾਂ, ਵੀਡੀਓਜ਼ ਵਗੈਰਾ ਲਈ ਜਾਂ ਫਿਰ ਆਊਟਿੰਗ ਲਈ। ਮੈਂ ਥੋੜ੍ਹਾ ਜਿਹਾ ਨੱਕ 'ਤੇ ਵੀ ਲਾ ਲੈਂਦੀ ਹਾਂ, ਵਾਈ ਨਾਟ, ਮਹਿੰਗਾ ਪ੍ਰੋਡਕਟ। ਮੈਂ ਤੋ ਜੋਕਰ ਬਣ ਗਈ, ਮੈਂ ਤੋ ਜੋਕਰ ਬਣ ਗਈ। ਮੈਂ ਕਿਵੇਂ ਕੈਮਰੇ ਦੇ ਵਿੱਚ ਘੁਸ ਕੇ ਮੇਕਅਪ ਕਰ ਰਹੀ ਹਾਂ ਨਾ, ਕਿੱਡੀ ਬਦਤਮੀਜ਼ ਆ ਮੈਂ, ਮੈਨੂੰ ਐਂ ਕਿਉਂ ਲੱਗ ਰਿਹਾ ਮੇਰਾ ਸਾਰਾ ਪ੍ਰੋਡਕਟ ਇਹ 'ਤੇ ਲੱਗ ਗਿਆ। ਮੈਂ ਨਾ ਧੋਖਾ ਹੀ ਦਿੱਤਾ, ਹਮੇਸ਼ਾ ਧੋਖਾ। ਹਾਂਜੀ ਸੋ ਮੈਂ ਨੈਕਸਟ ਕੁਐਸਚਨ ਪੜ੍ਹਦੀ ਹਾਂ, ਹਾਊ ਡੂ ਯੂ ਗੇਨ ਯੋਰ ਵੇਟ। ਮੈਨੇ ਵੇਟ ਗੇਨ ਕੀਤਾ ਫਾਸਟ ਫੂਡ ਖਾ ਕੇ, ਲੋਕਡਾਊਨ ਸੀਗਾ, ਲੋਕਡਾਊਨ ਦੇ ਵਿੱਚ ਮੋਟੇ ਹੁੰਦੀ ਗਈ ਖਾਈ ਗਈ, ਮੋਟੀ ਹੁੰਦੀ ਗਈ ਖਾਈ ਗਈ, ਮੋਟੀ ਹੁੰਦੀ ਗਈ। ਮੇਰਾ ਕੋਈ ਗੁੱਡ ਫੈਟ ਨਹੀਂ ਸੀਗਾ, ਬਕਵਾਸ ਫੈਟ ਸੀਗਾ, ਜਿਹੜੇ ਮੈਨੇ ਪੀਜ਼ਾ, ਬਰਗਰ, ਪਾਓ ਭਾਜੀ ਘਰ ਬਣਾ ਬਣਾ ਕੇ ਰੈਸਿਪੀ ਟਰਾਈ ਕੀਤੀਆਂ ਨੇ ਨਾ, ਉਹਨਾਂ ਨੇ ਮੈਨੂੰ ਕਰਤਾ ਮੋਟੀ। ਐਂਡ ਮੈਂ ਹਰ ਇੱਕ ਚੀਜ਼ ਦੇ ਵਿੱਚ ਚੀਜ਼ ਪਾਉਂਦੀ ਸੀਗੀ, ਚੀਜ਼ ਪੁੱਲ ਵਾਲਾ ਚੀਜ਼ ਪਾਉਂਦੀ ਸੀਗੀ, ਜਿਸ ਦੇ ਨਾਲ ਮੈਂ ਖੁਦ ਪੁੱਲ ਹੋ ਗਈ। ਸੋ ਹੁਣ ਮੈਂ ਉਹਦੇ ਲਈ ਜਿਮ ਜਾਂਦੀ ਹਾਂ, ਆਪਣੀ ਬੋਡੀ 'ਤੇ ਵਰਕ ਕਰ ਰਹੀ ਹਾਂ, ਹੋਪ ਸੋ ਮੇਰੀ ਬੋਡੀ ਵਧੀਆ ਬਣ ਜਾਏ, ਬਾਕੀ ਦੇਖੋ। ਮੈਂ ਤੁਹਾਨੂੰ ਸਨੈਪ 'ਤੇ ਵੀ ਪੁੱਛਿਆ ਸੀਗਾ, ਪਲੀਜ਼ ਮੈਨੂੰ ਟਿਪਸ ਦੇ ਦਿਉ ਤੁਹਾਡੇ ਵਰਗੀ ਫਿਗਰ ਮੈਂਟੇਨ ਕਰਨ ਲਈ। ਇਹ ਫਿਗਰ ਕੋਈ ਮੈਂਟੇਨ ਨਹੀਂ ਹੈਗੀ, ਬਕਵਾਸ ਫਿਗਰ ਆ ਮੇਰੀ। ਹਾਂ ਮੈਨੂੰ ਮੈਂਟੇਨ ਕਰ ਰਹੀ ਹਾਂ, ਮੈਂ ਵਰਕਆਊਟ ਕਰ ਰਹੀ ਹਾਂ, ਐਂਡ ਰੀਸੈਂਟਲੀ ਮੈਨੇ ਹੁਣ ਡਾਂਸ ਕਲਾਸ ਵੀ ਜੁਆਇਨ ਕੀਤੀ ਆ, ਮਤਲਬ ਜੁਆਇਨ ਨਹੀਂ ਕੀਤੀ ਹੈਗੀ, ਸਾਡੇ ਜਿਮ ਦੇ ਉੱਪਰ ਹੀ ਡਾਂਸ ਸਿਖਾਉਂਦੇ ਨੇ, ਸੋ ਮੈਂ ਉੱਥੇ ਪਹਿਲਾਂ ਵਰਕਆਊਟ ਕਰਦੀ ਹਾਂ ਫਿਰ ਡਾਂਸ ਕਲਾਸ ਜਾਂਦੀ ਹਾਂ। ਮੇ ਬੀ ਉਸ ਦੇ ਨਾਲ ਮੇਰਾ ਬੋਡੀ ਮੈਂਟੇਨ ਹੋ ਜੂਗੀ, ਹੋਪ ਸੋ। ਐਂਡ ਮੇਰਾ ਟ੍ਰੇਨਰ ਨੇ ਜੋ ਉਹ ਮੇਥੋਂ ਹੈਵੀ ਵਰਕਆਊਟ ਕਰਾਉਂਦੇ ਨੇ, ਜਿੰਨੀ ਮਰਜ਼ੀ ਤਰਲੇ ਮਿੰਨਤਾਂ ਕਰ ਲਓ, ਉਹਨਾਂ ਨੇ ਮੇਰੀ ਇੱਕ ਨਹੀਂ ਸੁਣਨੀ ਹੈਗੀ, ਉਹਨਾਂ ਨੇ ਜੋ ਕਰਾਉਣਾ ਉਹ ਕਰਾ ਕੇ ਰਹਿੰਦੇ ਨੇ। ਹਾਂ ਕੋਈ ਛੱਡੋ, ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਹੈ ਜਿਮ ਰੂਟੀਨ ਐਂਡ ਪ੍ਰੋਟੀਨ ਬਾਰੇ ਦੱਸੋ। ਆਈ ਆਸਕ ਯੂ ਮੈਨੀ ਟਾਈਮ ਦਿਸ ਕੁਐਸਚਨ, ਪਲੀਜ਼ ਆਨਸਰ। ਜਿਮ ਰੂਟੀਨ 'ਤੇ ਮੈਂ ਵਲੌਗ ਬਣਾ ਦੂੰਗੀ, ਮੈਂ ਸੋਚ ਰਹੀ ਸੀਗੀ ਮੈਂ ਮੇਰਾ ਮਤਲਬ ਡੇਲੀ ਰੂਟੀਨ ਦਾ ਵਲੌਗ ਬਣਾਵਾਂ, ਜਿਸ ਦੇ ਵਿੱਚ ਮੈਂ ਜਿਮ ਵੀ ਜਾਂਦੀ ਹਾਂ, ਉਹ ਵੀ ਦਿਖਾ ਦੂੰਗੀ ਥੋੜ੍ਹੀ ਮੋਟੀ ਕਲਿਪਸ, ਬਟ
ਮੈਨੂੰ ਨਾ ਹਿੰਮਤ ਨਹੀਂ ਬਣਦੀ ਹੈਗੀ ਵਲੌਗ ਬਣਾਉਂਦੀ ਉੱਥੇ ਜਿਮ 'ਚ। ਹਾਂ ਚਲੋ ਜਿਮ ਦਾ ਜੋ ਵੀ ਹੋਊਗਾ ਸੀਨ ਮੈਂ ਬਣਾ ਦੂੰਗੀ। ਐਂਡ ਪ੍ਰੋਟੀਨ ਮੈਂ ਕੁਛ ਵੀ ਨਹੀਂ ਲੈ ਰਹੀ ਹੈਗੀ, ਪ੍ਰੋਟੀਨ ਇਨਟੇਕ ਮੇਰਾ ਬਿਲਕੁਲ ਵੀ ਨਹੀਂ ਹੈਗਾ। ਮੇਰੇ ਟ੍ਰੇਨਰ ਮੈਨੂੰ ਬਹੁਤ ਫੋਰਸ ਕਰਦੇ ਨੇ ਲਓ ਲਓ ਲਓ, ਬਟ ਮੇਰੀ ਮੰਮੀ ਨਹੀਂ ਮੈਨੂੰ ਲੈਣ ਦਿੰਦੇ। ਮੇਰੀ ਮੰਮੀ ਕਹਿੰਦੇ ਨੇ ਜਿਮ ਜਾਣਾ ਜਾਓ, ਬਟ ਕੋਈ ਪ੍ਰੋਟੀਨ ਨਹੀਂ, ਜੇ ਪ੍ਰੋਟੀਨ ਲੈਤਾ ਤਾਂ ਘਰੇ ਨੋ ਐਂਟਰੀ। ਸੋ ਮੈਂ ਕੋਈ ਪ੍ਰੋਟੀਨ ਇਨਟੇਕ ਨਹੀਂ ਕਰ ਰਹੀ, ਮੈਂ ਜਸਟ ਵਰਕਆਊਟ ਕਰ ਰਹੀ ਹਾਂ ਐਂਡ ਹੈਲਦੀ ਡਾਈਟ ਖਾ ਰਹੀ ਹਾਂ। ਹਾਂ ਮੈਂ ਹੈਲਦੀ ਡਾਈਟ ਨਹੀਂ ਕਰ ਰਹੀ, ਬਟ ਮੈਨੂੰ ਪਤਾ ਇਹ ਚੀਜ਼ ਗਲਤ ਆ, ਮੈਨੂੰ ਹੈਲਦੀ ਡਾਈਟ ਕਰਨੀ ਪਊਗੀ। ਬਟ ਕੀ ਕਰੀਏ, ਜ਼ੁਬਾਨ 'ਤੇ ਕੰਟਰੋਲ ਨਹੀਂ ਹੈਗਾ, ਇਹਨੂੰ ਚਟਰਮ ਪਟਰਮ ਪਸੰਦ ਆ, ਕੀ ਕਰੀਏ। ਸੋ ਇਸ ਕਰਕੇ ਮੇਰੀ ਬੋਡੀ ਮਸਤ ਫਿਗਰ ਨਹੀਂ ਬਣ ਪਾ ਰਿਹਾ। ਹਾਂਜੀ, ਸੋ ਨੈਕਸਟ ਕੁਸ਼ਚਨ ਇਜ਼ ਹਾਊ ਮੈਨੀ ਬੋਆਇਜ਼ ਯੂ ਡੇਟਿਡ ਇਨ ਪਾਸਟ ਟਾਈਮ। ਜਿਵੇਂ ਕਿ ਮੈਂ ਕਿਹਾ ਮੇਰੇ ਫਰੈਂਡਸ ਬਹੁਤ ਘੱਟ ਨੇ, ਉਵੇਂ ਹੀ ਮੇਰੇ ਬੋਏਫਰੈਂਡਸ ਵੀ ਬਹੁਤ ਘੱਟ ਨੇ। ਮੈਨੂੰ ਕੋਈ ਨਹੀਂ ਸੰਭਾਲ ਸਕਦਾ, ਮੇਰਾ ਜਸਟ ਇੱਕੋ ਹੀ ਰਿਲੇਸ਼ਨਸ਼ਿਪ ਸੀਗਾ ਐਂਡ ਉਸ ਤੋਂ ਬਾਅਦ ਫਿਲਹਾਲ ਤਾਂ ਕੋਈ ਨਹੀਂ ਹੈਗਾ। ਐਂਡ ਜੇ ਕੋਈ ਫਿਊਚਰ 'ਚ ਹੋਇਆ ਵੀ ਮੈਂ ਤੁਹਾਨੂੰ ਨਹੀਂ ਦੱਸੂੰਗੀ, ਇਸ ਵਾਰ ਮੈਂ ਪ੍ਰਾਈਵੇਟ ਰੱਖੂੰਗੀ। ਹਾਂ ਬਟ ਮੈਨੇ ਸਿਰਫ ਇੱਕ ਹੀ ਮੁੰਡੇ ਨੂੰ ਡੇਟ ਕੀਤਾ, ਦੈਟਸ ਇਟ। ਸੋ ਬਲੱਸ਼ ਇਜ਼ ਕੰਪਲੀਟ ਐਂਡ ਹੁਣ ਮੈਂ ਯੂਜ਼ ਕਰ ਰਹੀ ਹਾਂ ਲਿਕੁਇਡ ਹਾਈਲਾਈਟਰ ਸਵਿਸ ਬਿਊਟੀ ਦਾ, ਐਂਡ ਇਸਦਾ ਸ਼ੇਡ ਹੈ 02 ਗੋਲਡ। ਮੈਨੇ ਇਹ ਗੋਲਡ 'ਚ ਮੰਗਾਇਆ ਐਂਡ ਮੈਨੂੰ ਬਹੁਤ ਵਧੀਆ ਲੱਗਦੀਆਂ ਨੇ ਇਹ ਸ਼ਾਈਨੀ ਸ਼ਾਈਨੀ ਬਲੱਸ਼। ਇਹ ਚਿਬਕ, ਇਹ ਟਿਊਬ, ਇਹ ਟਿਊਬ, ਇਹ ਟਿਊਬ, ਨੱਕ 'ਤੇ ਵੀ ਟਿਕ ਟਿਕ। ਇਹ ਵਾਓ ਕਿੰਨਾ ਮਸਤ ਗਲੋ ਕਰ ਰਿਹਾ। ਹੱਥ 'ਤੇ ਵੀ ਚਮ 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 ਹੋ ਗਿਆ। ਹਾਂਜੀ, ਸੋ ਇਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਨਾ ਮੈਂ ਫਿਰ ਤੋਂ ਮੇਕਅਪ ਫਿਕਸਰ ਯੂਜ਼ ਕਰਦੀ ਹਾਂ। ਸੋ ਵੰਸ ਅਗੇਨ ਇਸ ਵਾਰ ਪਲੀਜ਼ ਸਹੀ ਡਾਇਰੈਕਸ਼ਨ 'ਚ ਜਾਈ, ਇੱਕ ਮਿੰਟ ਡ੍ਰੌਪ ਵੀ ਵੇਸਟ ਨਹੀਂ ਹੋਣੀ ਚਾਹੀਦੀ। ਮੇਰੀ ਲਾਲੀ ਉੱਡ ਗਈ ਬੂ, ਹਾਏ ਮੇਰਾ ਬਲੱਸਰ ਉੱਤਰ ਗਿਆ। ਕਿ ਹੈਗਾ ਮੈਨੂੰ ਦਿਖ ਨਹੀਂ ਰਿਹਾ ਨਾ, ਹੋਣਾ ਹੈਗਾ ਮੇਰੇ ਖਿਆਲ ਨਾਲ ਹੈਗਾ ਹੈਗਾ ਬਾਈ ਹੈਗਾ, ਮੇਰਾ ਬਲੱਸਰ ਹੈਗਾ। ਇਸ ਤੋਂ ਬਾਅਦ ਕੁਛ ਨਹੀਂ, ਇਸ ਤੋਂ ਬਾਅਦ ਮੈਂ ਲਿਪਸਟਿਕ ਯੂਜ਼ ਕਰ ਲੂੰਗੀ, ਦੈਟਸ ਇਟ। ਆਹੀ ਮੇਰਾ ਡੇਲੀ ਦਾ ਮੇਕਅਪ ਹੁੰਦਾ, ਮੈਂ ਕੁਛ ਨਹੀਂ ਕਰਨਾ ਹੈਗਾ, ਬਸ ਆਹੀ ਵਿਚਾਰੀ ਛੋਟੇ ਛੋਟੇ ਪ੍ਰੋਡਕਟਸ ਯੂਜ। ਹਾਂ ਚਲੋ ਮੈਂ ਇਹ ਦੱਸ ਦਿੰਦੀ ਹਾਂ, ਮੇਰੀ ਲਿਪਸਟਿਕ ਹੈਗੀ ਆ ਸ਼ੂਗਰ ਪੋਪ ਮੈਟ ਲਿਪਸਟਿਕ। ਮੈਂ ਸੁਣਿਆ ਇਹ ਹੈਗਾ ਸ਼ਹਿਨਾਜ਼ ਗਿੱਲ ਦਾ ਬ੍ਰੈਂਡ, ਲਾਈਕ ਸ਼ੀ ਇਜ਼ ਬ੍ਰੈਂਡ ਐਂਬੈਸਡਰ ਆਫ ਕਲਰ ਪੋਪ ਔਰ ਸ਼ੂਗਰ ਪੋਪ, ਨਾਈਸ। ਮਾਈ ਮੇਕਅਪ ਇਜ਼ ਡਨ। ਦੱਸੋ ਮੇਰਾ ਮੇਕਅਪ ਕਿੱਦਾਂ ਦਾ ਹੋਇਆ। ਅਰੇ ਅਰੇ ਇਹ ਤਾਂ ਰਹਿ ਗਿਆ, ਕੀ ਇਹ ਬੇ ਜਲਦੀ ਬੋਲ, ਕੱਲ ਸਵੇਰੇ ਪਨਵੇਲ ਨਿਕਲਣਾ ਹੈ। ਮਸਕਾਰਾ ਡਨ ਡਨਾ ਡਨ ਡਨ ਡਨਾ ਡਨ, ਮੇਰਾ ਮੇਕਅਪ ਇਜ਼ ਡਨ ਆਲ ਦੋ। ਜੇ ਤੁਹਾਨੂੰ ਮੇਰਾ ਮੇਕਅਪ ਵਧੀਆ ਲੱਗਿਆ ਹੋਵੇ ਐਂਡ ਤੁਹਾਨੂੰ ਕੁਛ ਸਿੱਖਣ ਨੂੰ ਮਿਲਿਆ ਹੋਵੇ, ਜੋ ਕਿ ਕੁਛ ਮੈਨੂੰ ਨਹੀਂ ਲੱਗਦਾ ਸਿੱਖਣ ਨੂੰ ਮਿਲਿਆ, ਬਟ ਫਿਰ ਵੀ ਜੇ ਕੁਛ ਤੁਹਾਨੂੰ ਸਿੱਖਣ ਨੂੰ ਮਿਲਿਆ ਹੋਇਆ ਤਾਂ ਮੈਨੂੰ ਦੱਸਿਓ ਜ਼ਰੂਰ। ਲੋਟਸ ਆਫ ਲਵ ਟੂ ਮਾਈ ਗਰਲ ਗੈਂਗ ਜੋ ਮੈਨੂੰ ਸਨੈਪਚੈਟ 'ਤੇ ਫੋਲੋ ਕਰਦੇ ਨੇ, ਸਿਰਫ ਉਹਨਾਂ ਦੀ ਡਿਮਾਂਡ 'ਤੇ ਮੈਂ ਵੀਡੀਓ ਬਣਾਈ ਆ। ਸੋ ਥੈਂਕ ਯੂ ਸੋ ਮੱਚ ਮੇਰੇ ਵਲੌਗ ਨੂੰ ਐਂਡ ਤੱਕ ਦੇਖਣ ਲਈ। ਲਾਈਕ ਕਮੈਂਟ ਸ਼ੇਅਰ ਕਰਕੇ ਦੱਸਿਓ ਕਿੱਦਾਂ ਦਾ ਲੱਗਿਆ ਐਂਡ ਤੁਸੀਂ ਆਪਣੇ ਆਈਡੀਆਜ਼ ਵੀ ਮੈਨੂੰ ਦੱਸਿਓ ਵੀ ਮੈਂ ਨੈਕਸਟ ਵਲੌਗ ਕਿਸ ਚੀਜ਼ 'ਤੇ ਲੈ ਕੇ ਆਵਾਂ। ਸੋਰੀ ਮੈਨੂੰ ਮੈਂ ਪਿੱਛੇ ਸੁੱਟਦਾ। ਹਾਂ ਮੈਨੂੰ ਦੱਸਿਓ ਨੈਕਸਟ ਵਲੌਗ ਕਿਸ ਚੀਜ਼ ਦਾ ਹੋਵੇ। ਸੋ ਕੀਪ ਸਪੋਰਟਿੰਗ, ਕੀਪ ਲਵਿੰਗ।